ਦੇ ਨਜ਼ਦੀਕ ਪਿੰਡ ਮੋਹ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੀਟਿੰਗ ਲਈ ਗੁਰਦੁਆਰਾ ਸਾਹਿਬ 'ਚ ਟੈਂਟ ਲਗਾ ਦਿੱਤਾ ਜਿਸ ਦੀ ਭਿਣਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਸੰਗਤਾਂ ਨੂੰ ਮਿਲੀ। ਕਿਸਾਨਾਂ ਤੇ ਸੰਗਤਾਂ ਨੇ ਭਾਰੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਧਾਰਮਿਕ ਸਮਾਗਮ ਲਈ ਹੁੰਦੇ ਹਨ ਨਾ ਕਿ ਸਿਆਸੀ ਪਾਰਟੀਆਂ ਦੀ ਮੀਟਿੰਗ ਲਈ। ਕਿਸਾਨਾਂ ਤੇ ਸੰਗਤਾਂ ਦੇ ਰੋਸ ਨੂੰ ਸਿਆਸੀ ਪਾਰਟੀ ਨੇ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਤੇ ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਜਦੋਂ ਤੱਕ ਖੇਤੀ ਰੱਦ ਨਹੀਂ ਹੁੰਦੇ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਲੀਡਰਸ਼ਿਪ ਪਿੰਡਾਂ ਵਿੱਚ ਜਾਣ ਤੋਂ ਗੁਰੇਜ਼ ਕਰਨ ਜੇਕਰ ਨਹੀਂ ਕਰਨਗੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ਭਾਰ ਸਿੰਘਪੁਰ ਗੁਰਚੇਤਨ ਸਿੰਘ ਤੀਰਤ ਸਿੰਘ ਬਾਸੀ ਜਸਵਿੰਦਰ ਸਿੰਘ ਤੇ ਕਿਸਾਨ ਭਾਰੀ ਗਿਣਤੀ ਵਿੱਚ ਸ਼ਾਮਲ ਸਨ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਬਾਕੀ ਸਾਡੇ ਜ਼ਿਲ੍ਹਾ ਮੀਤ ਪ੍ਰਧਾਨ ਸਰਦਾਰ ਗੁਰਚੇਤਨ ਸਿੰਘ ਸਾਡੇ ਨਾਲ ਚਾਰ ਸੰਦ ਜੇ ਕਰਨਗੇ ਅੱਜ ਸਾਨੂੰ ਇਹ ਚੀਜ਼ ਦਾ ਬਹੁਤ ਵੱਡਾ ਦੁੱਖ ਹੈ। ਉਹ ਜੋ ਸਾਡੇ ਧਾਰਮਿਕ ਸਥਾਨ ਹਨ ਜਿਹੜੇ ਕਿ ਸਾਡੇ ਸ਼ਰਧਾ ਦੇ ਪ੍ਰੇਮ ਦੇ ਪ੍ਰਤੀਕ ਹਨ ਔਰ ਬਹੁਤ ਸਾਰੀ ਸੰਗਤ ਆ ਕੇ ਗੁਰਦੁਆਰਾ ਸਾਹਿਬ ਧਾਰਮਿਕ ਸਥਾਨਾਂ ਦੇ ਉੱਪਰ ਆਪਣੀਆਂ ਭਾਵਨਾਵਾਂ ਨੂੰ ਪੂਰੀਆਂ ਕਰਦੀ ਹੈ। ਅੱਜ ਉਹਨਾਂ ਗੁਰਦੁਆਰਿਆਂ ਨੂੰ ਸਿਆਸੀ ਅੱਡਾ ਬਣਾਇਆ ਗਿਆ ਔਰ ਜੋ ਸਾਡੇ ਲੀਡਰ ਆ ਉਹਨਾਂ ਨੇ ਗੁਰਦੁਆਰਿਆਂ ਵਿੱਚ ਆ ਕੇ ਆਪਣੀਆਂ ਰੈਲੀਆਂ ਕਰਨੀਆਂ ਆਪਣੀਆਂ ਮੀਟਿੰਗਾਂ ਕਰਨੀਆਂ ਧਾਰਮਿਕ ਸਥਾਨਾਂ 'ਤੇ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੀ ਅਸੀਂ ਹੋਰ ਜੋਰ ਨਿੰਦਾ ਕਰਦੇ ਹਾਂ ਤਾਂ ਕਿ ਗੁਰਦੁਆਰਾ ਸਾਹਿਬ ਨੂੰ ਜਿਹੜੀ ਆ ਇਹ ਸੰਗਤ ਦਾ ਸਥਾਨ ਆ ਸੰਗਤ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਈ ਜਾਵੇ। ਅਗਰ ਇਹਨਾਂ ਲੀਡਰਾਂ ਨੇ ਕੋਈ ਵੀ ਆਪਣੀ ਮੀਟਿੰਗ ਕਰਨੀ ਹੈ ਤਾਂ ਉਹ ਧਾਰਮਿਕ ਸਥਾਨ 'ਤੇ ਨਹੀਂ ਕੀਤੀ ਜਾਣੀ ਚਾਹੀਦੀ। ਉਹ ਆਪਣਾ ਜਿੱਥੇ ਮਰਜ਼ੀ ਬਾਹਰ ਕਰਨ ਤਾਂ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਸ ਕਰਕੇ ਅਸੀਂ ਵਾਰ ਵਾਰ ਅਪੀਲ ਕਰਦੇ ਹਾਂ ਵੀ ਜੇ ਧਾਰਮਿਕ ਸਥਾਨਾਂ ਨੂੰ ਮੀਟਿੰਗਾਂ ਦਾ ਅੱਡਾ ਬਣਾਇਆ ਜਾਏਗਾ ਤਾਂ ਕਿਸਾਨ ਦੁਨੀਆ ਸਮੁੱਚਾ ਆਵਾਮ ਇਹਦੇ ਜ਼ਿਆਦਾ ਵਿਰੋਧ ਕਰੇਗਾ ਔਰ ਇਸ ਲਈ ਅਸੀਂ ਫਿਰ ਦੁਬਾਰਾ ਅਪੀਲ ਕਰਦੇ ਹਾਂ ਕਿ ਗੁਰਦੁਆਰਿਆਂ ਨੂੰ ਸਿਆਸੀ ਅੱਡਾ ਨਾ ਬਣਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।